ਜ਼ਿਲ੍ਹਾ ਜਲੰਧਰ ਦੇ ਪਿੰਡ ਬਿਰਕ ਤੋਂ ਹਰ ਸਾਲ ਦੀ ਤਰ੍ਹਾਂ ਜਥੇਦਾਰ ਸਵਰਗੀ ਅਮਰੀਕ ਸਿੰਘ ਡੱਬ ਦੀ ਯਾਦ ਵਿੱਚ ਗੁਰਦੁਆਰਾ ਲੰਗਰ ਸਾਹਿਬ ਹਜ਼ੂਰ ਸਾਹਿਬ ਨੰਦੇੜ ਨੂੰ 350 ਬੋਰੀਆਂ ਕਣਕ ਦੀ ਸੇਵਾ ਭੇਜੀ ਗਈ। ਪ੍ਰਬੰਧਕਾਂ ਵੱਲੋਂ ਵਾਹਿਗੁਰੂ ਅੱਗੇ ਅਰਦਾਸ ਕਰਨ ਉਪਰੰਤ ਕਣਕ ਦੇ ਟਰੱਕ ਰਵਾਨਾ ਕੀਤੇ ਗਏ। ਪ੍ਰਬੰਧਕਾਂ ਨੇ ਦੱਸਿਆ ਕਿ ਪਿੰਡ ਸੰਗਟੇਸੀਆਂ, ਸੂਰਜਾ, ਰੰਧਾਵਾ, ਟੰਡਾ, ਕੁੜਕਾ, ਕਾਨਾ ਢੇਸੀਆਂ, ਬੋਪਾ ਰਾਏ, ਸੁੰਨੜਾਂ, ਤੱਖਰਾਂ, ਸਰਗੁੰਦੀ, ਮਾਲਾਂ, ਗੁਰਾਇਆਂ, ਬਿਰਕ, ਮੀਰਾਪੁਰ, ਪੱਦੀ ਖਾਲਸਾ, ਰੁੜਕਾ ਖੁਰਦ, ਮੌਲੀ ਅਤੇ ਪੰਡਬਾ ਵੱਲੋਂ ਇਹ ਸੇਵਾ ਕੀਤੀ ਗਈ ਹੈ। ਕਣਕ ਦੀ ਸੇਵਾ ਰਵਾਨਾ ਕਰਨ ਸਮੇਂ ਪ੍ਰਧਾਨ ਛਿੰਦਰ ਸਿੰਘ, ਸੁਰਜੀਤ ਸਿੰਘ ਬਰਨਾਲਾ, ਸ਼ਮਿੰਦਰ ਸਿੰਘ ਵਿਰਕ, ਬਿੱਟੂ ਜੰਡ, ਸੁਖਵਿੰਦਰ ਸਿੰਘ ਵਿਰਕ, ਕਸ਼ਮੀਰ ਸਿੰਘ ਝੋੜ ਅਤੇ ਹੋਰ ਵੀ ਸੰਗਤ ਮੌਜੂਦ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਲੰਗਰ ਸਾਹਿਬ ਹਜ਼ੂਰ ਸਾਹਿਬ ਮਹਾਰਾਸ਼ਟਰ ਦੇ ਲਈ ਸਰਦਾਰ ਜਹੇਦਾਰ ਸਰਦਾਰ ਅਮਰੀਕ ਸਿੰਘ ਜੀ ਡੱਬ ਉਹਨਾਂ ਵੱਲੋਂ ਸਮੁੱਚੇ ਵਿਰਕਾ ਨਗਰ ਦੀ ਸਮੁੱਚੀ ਸਾਧ ਸੰਗਤ ਵੱਲੋਂ, NRI ਪਰਿਵਾਰਾਂ ਵੱਲੋਂ ਅਤੇ ਨਾਲ ਲੱਗਦੇ ਜਿੰਨੇ ਵੀ ਨਗਰ ਹਨ ਉੱਥੋਂ ਦੀਆਂ ਸਾਰੀ ਹੀ ਸਾਧ ਸੰਗਤ ਦੇ ਵੱਲੋਂ ਜੋ ਹਰ ਸਾਲ ਕਣਕ ਦਾ ਟਰੱਕ ਗੱਡੀ ਇੱਕ ਹਜ਼ੂਰ ਸਾਹਿਬ ਲੰਗਰ ਸਾਹਿਬ ਦੇ ਲਈ ਭੇਜੀ ਜਾਂਦੀ ਹੈ, ਅੱਜ ਨਗਰ ਵਿਰਕਾ ਦੇ ਵਿੱਚੋਂ ਸਮੁੱਚਿਆਂ ਹੀ ਸੰਗਤਾਂ ਦੇ ਵੱਲੋਂ ਰਲ ਮਿਲ ਇਕੱਤਰ ਹੋ ਕਰਕੇ ਕਣਕ ਇਕੱਤਰ ਕੀਤੀ ਗਈ ਅਤੇ ਇਹ ਜਿਹੜੀ ਗੱਡੀ ਹੈ ਅੱਜ ਇੱਥੋਂ ਪਿੰਡ ਵਿਰਕਾ ਤੋਂ ਹਜ਼ੂਰ ਸਾਹਿਬ ਲੰਗਰ ਸਾਹਿਬ ਦੇ ਲਈ ਭੇਜੀ ਜਾ ਰਹੀ ਹੈ। ਸੋ ਅਰਦਾਸ ਬੇਨਤੀ ਕਰਕੇ ਗੱਡੀ ਦੀ ਆਰੰਭਤਾ ਦੀ ਜੋ ਅਰਦਾਸ ਬੇਨਤੀ ਉਹ ਕਰ ਦਿੱਤੀ ਗਈ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜਿੰਨੀਆਂ ਵੀ ਸੰਗਤਾਂ ਨੇ ਇਸ ਗੱਡੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ, ਸਹਿਯੋਗ ਦਿੱਤਾ ਹੈ, ਚਾਹੇ ਉਹ ਕਿਸੇ ਵੀ ਨਗਰ ਦੀ ਸੰਗਤ ਹੈ, NRI ਪਰਿਵਾਰ ਨੇ, ਪਿੰਡ ਵਿਰਕਾ ਦੀ ਸੰਗਤ ਹੈ, ਜਾਂ ਜਿਤਨੇ ਵੀ ਇੱਥੇ ਸਿੰਘ ਖੜ੍ਹੇ ਨੇ, ਜਿਨ੍ਹਾਂ ਜਿਨ੍ਹਾਂ ਵੱਲੋਂ ਵੀ ਇਹ ਸਹਿਯੋਗ ਦਿੱਤਾ ਗਿਆ ਹੈ, ਬਾਹਰ ਦੇ ਨਗਰਾਂ ਦੇ ਜਿੰਨੇ ਵੀ ਪਿੰਡ ਨੇ ਜਿਨ੍ਹਾਂ ਵੱਲੋਂ ਵੀ ਇਹ ਸਹਿਯੋਗ ਦਿੱਤਾ ਗਿਆ ਹੈ, ਅਸੀਂ ਸਰਦਾਰ ਅਮਰੀਕ ਸਿੰਘ ਜੀ ਦਾ ਉਹਨਾਂ ਦੇ ਸਮੁੱਚੀ ਟੀਮ ਵੱਲੋਂ ਸਾਰੀ ਨਗਰ ਵਿਰਕਾ ਦੀ ਸਾਧ ਸੰਗਤ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਸਾਰੀਆਂ ਹੀ ਸੰਗਤਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਣ ਅਤੇ ਇਹ ਕਾਰਜ ਸੇਵਾ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਨਿਰੰਤਰ ਜਾਰੀ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।